ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਭੈਣੇ, ਹੋਰ ਠੀਕ ਆ? ਹਾਂ ਠੀਕ ਆ ਵੀਰੇ, ਤੂੰ ਕਿਵੇਂ ਆ? ਸਲਾਮ ਠੀਕ ਆ ਭੈਣੇ, ਸਭ ਠੀਕ ਠਾਕ। ਲੈ ਵੀਰੇ, ਬਿਨਾ ਦੱਸੇ ਹੀ ਕੋਈ ਫੋਨ ਤਾਂ ਕਰ ਲੈਣਾ ਸੀ ਭੈਣੇ, ਟਾਈਮ ਹੀ ਨਹੀਂ ਲੱਗਿਆ ਮੈਨੂੰ, ਐਂ ਦੀ ਫੋਨ ਵੀ ਨਾ ਚੜ ਗਿਆ, ਭੈਣ ਘਰੇ ਡਿੱਗਦੀ ਹੋਊਗੀ। ਲੈ ਵੀਰੇ, ਚਲੋ ਆ ਜਾਓ ਅੰਦਰ ਚਲੀਏ। ਹੋਰ ਦੀਦੀ, ਬੇਬੇ ਬਾਪੂ ਠੀਕ ਨੇ? ਹਾਂ ਹਾਂ ਭੈਣੇ, ਸਭ ਠੀਕ ਠਾਕ। ਸ਼ੁਕਰ ਹੈ ਪਰਮਾਤਮਾ ਦਾ, ਅੱਜ ਤਾਂ ਭਾਗਾਂ ਵਾਲਾ ਦਿਨ ਚੜਿਆ, ਅੱਜ ਤਾਂ ਮੇਰਾ ਵੀਰ ਆਇਆ। ਲੈ ਵੀਰੇ ਤੂੰ ਬੈਠ। ਬਾਂਟੀ ਪੁੱਤ ਆ ਵੇਖ, ਤੇਰਾ ਮਾਮਾ ਆਇਆ। ਲੈ ਵੀਰੇ ਤੂੰ ਇੱਥੇ ਬੈਠ, ਮੈਂ ਚਾਹ ਲੈ ਕੇ ਆਈ। ਕੋਈ ਨਾ, ਬਣਾ ਲਾ ਭੈਣੇ। ਮਾਮਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਸਤਿ ਸ਼੍ਰੀ ਅਕਾਲ। ਕੀ ਹਾਲ ਨੇ ਮੇਰੇ ਪੁੱਤ ਦੇ? ਠੀਕ ਆ ਮਾਮਾ ਜੀ। ਟਾਈਮ ਹੀ ਹੋ ਗਿਆ? ਚੌਥੀ ਜੀ ਮਾਮਾ ਜੀ। ਚੌਥੀ ਚ? ਵਧੀਆ ਵਧੀਆ ਪੁੱਤ। ਜਾ ਬਾਂਟੀ ਪੁੱਤ, ਮੇਜ਼ ਚੱਕ ਕੇ ਲਿਆ। ਅੱਜ ਤਾਂ ਸਵੇਰ ਦਾ ਕਾਂ ਬੋਲੀ ਜਾਂਦਾ ਸੀ ਵੀਰੇ, ਮੈਨੂੰ ਪਤਾ ਸੀ ਅੱਜ ਮੇਰਾ ਵੀਰ ਆਊਗਾ। ਲੈ ਪੁੱਤਾ ਪੀਪਾ ਲੈ ਜਾ, ਅੰਦਰ ਬਿਸਕਟ ਆ ਲਾ। ਹੋਰ ਵੀਰੇ, ਮੇਰੇ ਭਤੀਜੇ ਭਤੀਜੀਆਂ ਤੇ ਭਰਜਾਈਆਂ ਠੀਕ ਨੇ? ਹਾਂ ਸਭ ਭੈਣੇ, ਕਿਰਪਾ ਮਾਲਕ ਦੀ। ਮੈਂ ਸੋਚਿਆ ਨਾਲੇ ਅੱਜ ਭੈਣ ਨੂੰ ਸੰਧਾਰ ਦੇ ਆਉਂਦੇ ਆ ਤੇ ਨਾਲੇ ਮਿਲ ਆਈਏ, ਕਾਫੀ ਟਾਈਮ ਹੋ ਗਿਆ ਦੀ ਭੈਣੇ ਆਇਆ ਨੂੰ। ਲੈ ਵੀਰੇ, ਤੁਸੀਂ ਤਾਂ ਫੋਨ ਵੀ ਨਹੀਂ ਕਰਦੇ ਵੀ ਭੈਣ ਦਾ ਹਾਲ ਚਾਲ ਹੀ ਪੁੱਛ ਲਈਏ, ਵੀ ਦੋ ਗੱਲਾਂ ਹੀ ਕਰ ਲਈਏ। ਬਸ ਭੈਣੇ ਪੁੱਛੇ ਨਾ, ਐਤਕੀ ਇੱਕ ਤਾਂ ਕੋਈ ਸਾਂਝੀ ਨਹੀਂ ਰੱਖਿਆ ਹੈਗਾ, ਸਾਰਾ ਕੁਛ ਇਕੱਲੇ ਨੂੰ ਹੀ ਕਰਨਾ ਪੈਂਦਾ। ਲੈ ਭੈਣੇ ਤੂੰ ਵੀ ਨਹੀਂ ਛੇਤੀ ਗੇੜਾ ਮਾਰਿਆ, ਬਹੁਤ ਟਾਈਮ ਹੋ ਗਿਆ। ਹੋਰ ਵੀਰੇ, ਅਸੀਂ ਤਾਂ ਇੱਕ ਦਿਨ ਪ੍ਰੋਗਰਾਮ ਬਣਾਇਆ ਸੀ ਆਉਣ ਦਾ, ਇੰਨੇ ਆ ਲੌਕਡਾਊਨ ਲੱਗ ਗਿਆ। ਹੋਰ ਭੈਣੇ ਸੇਫ ਨਹੀਂ ਦਿੰਦਾ ਕਿਤੇ? ਵੀਰੇ ਉਹ ਤਾਂ ਖੇਤ ਤੱਕ ਗਏ ਨੇ, ਆਉਂਦੇ ਹੋਣਗੇ ਬਸ। ਅੱਛਾ ਅੱਛਾ, ਲੈ ਉਹ ਤਾਂ ਆ ਵੀ ਗਏ। ਲੈ ਵੀ ਲੱਗਦਾ ਅੱਜ ਤਾਂ ਸੁਧਾਰਾ ਆ ਗਿਆ। ਹੋਰ ਵੀ ਕਿੰਦਾ ਸੀ, ਠੀਕ ਠਾਕ ਆ? ਹਾਂ ਜੀ ਹਾਂ ਭਾਜੀ, ਬੈਠੋ। ਹੋਰ ਫਸਲ ਬਾੜੀ ਠੀਕ ਆ? ਹਾਂ ਇਸਦੀ ਵਧੀਆ ਹੀ, ਕੁਛ ਨੀਮ ਹੋ ਪੈ ਗਏ, ਇਹਦਾ ਬਹੁਤ ਫਾਇਦਾ ਹੋ ਗਿਆ। ਬਿਲਕੁਲ ਬਿਲਕੁਲ। ਹਾਂ ਜੀ, ਲੈ ਤੁਸੀਂ ਕਰੋ ਗੱਲਾਂ ਤੇ ਮੈਂ ਰੋਟੀ ਤਿਆਰ ਕਰਕੇ ਲਿਆਉਣੀ ਹੈ। ਨਹੀਂ ਬਸ ਭੈਣੇ, ਰੋਟੀ ਦੀ ਲੋੜ ਨਹੀਂ, ਮੈਂ ਹੁਣ ਜਾਣਾ ਸੀ ਜੀ। ਚਲੋ, ਹੋਰ ਕਿਵੇਂ ਗੇੜਾ ਮਾਰਿਆ? ਮੈਂ ਤਾਂ ਭਾਜੀ ਹੁਣ ਸੁਧਾਰਾ ਲੈ ਕੇ ਆਇਆ ਸੀ, ਮਹਾ ਵੀ ਬਹੁਤ ਟਾਈਮ ਹੋ ਗਿਆ, ਹੁਣ ਭੈਣ ਡੀਕਦੀ ਹੋਊਗੀ, ਨਾਲੇ ਬਹਾਨੇ ਸਿਰ ਮਿਲ ਗਏ। ਚਲ ਵਧੀਆ ਕੀਤਾ, ਸੌਣ ਮਹੀਨਾ ਚੜ ਗਿਆ। ਅਸੀਂ ਵੀ ਜਾਣਾ ਸੀ ਭੂਆ ਕੋਲੇ ਸੁਧਾਰਾ ਲੈ ਕੇ, ਬਸ ਟਾਈਮ ਜਿਹਾ ਨਹੀਂ ਲੱਗਿਆ ਯਾਰ, ਨਾਲੇ ਬੇਬੇ ਬਾਪੂ ਤਾਂ ਨਾ ਕਦੇ ਲੇਟ ਨਹੀਂ ਸੀ ਕਰਦੇ ਹੁੰਦੇ, ਬਸ ਜਾਂਦੇ ਹਾਂ ਕੱਲ੍ਹ ਨੂੰ। ਹਾਂ ਇਹ ਤਾਂ ਸਹੀ ਗੱਲ ਆ ਭਾਜੀ, ਆਇਆ ਹੁਣ ਕੁੜੀਆਂ ਨੂੰ ਵੀ ਡੀਕ ਰਹਿੰਦੀ ਆ ਫਿਰ। ਚਲੋ ਠੀਕ ਆ ਭੈਣੇ, ਫਿਰ ਮੈਂ ਚੱਲਦਾ ਹੁਣ। ਕਰ ਗੱਲ ਸੁਣੋ ਰਿਹਾ, ਮੈਂ ਤੈਨੂੰ ਐਂ ਕਹਿੰਦਾ ਸੀ ਤੂੰ ਤਿਆਰ ਹੋ ਜਾ ਛੇਤੀ ਛੇਤੀ, ਆਪਾਂ ਭੂਆ ਨੂੰ ਸੰਧਾਰਾ ਫੜਾਈਏ, ਨਾਲੇ ਦਿਨੇ ਨਾ ਫਿਰ ਮੇਰੀ ਲਾਈਟ ਆਉਣੀ ਆ, ਮੀਂਹ ਵੀ ਤਿਆਰ ਆਉਂ ਤਾਂ ਆਪਾਂ ਟਾਈਮ ਨਾਲ ਮੁੜ ਆਵਾਂਗੇ। ਨਾ ਗੱਲ ਸੁਣ ਮੇਰੀ, ਇੰਨੀ ਛੇਤੀ ਸੰਧਾਰੇ ਨੂੰ ਕੀ ਹੋਇਆ? ਨਾ ਉਹ ਹਜੇ ਨਿਆਣੀ ਹੋਈ ਹੈ ਸੰਧਾਰੇ ਨੂੰ। ਕੀ ਕਿਹਾ? ਤੂੰ ਤਾਂ ਮੈਂ ਜਾਣਾ ਸੀ ਮੋਟਰ ਖੜਾਉਣ, ਆਟੋਮੈਟਿਕ ਕੱਟਣਾ, ਚੱਲ ਕਣੀਆਂ ਪੈਣ ਲੱਗ ਗਈਆਂ ਉਹ ਤਾਂ ਮੈਂ ਰਹਿਣ ਦਿੰਦਾ, ਤੇਰੇ ਨਾਲ ਮੈਂ ਸੰਧਾਰੇ ਵਾਲੀ ਨਹੀਂ ਮਿਲਦਾ। ਨਾ ਤੂੰ ਕਿੱਧਰ ਦੀ ਨਿਆਣੀ ਆ ਗਈ, ਤੇਰੇ ਨਹੀਂ 2 ਕਿਲੋ ਬਿਸਕੁਟ ਆਏ, ਭੱਜੀ ਫਿਰਦੀ ਸੀ ਆਲੇ ਦੁਆਲੇ ਪੀਪੇ ਦੇ ਬਾਂਦਰੀ ਵਾਂਗੂ। ਨਾ ਮੇਰਿਆਂ ਦੀ ਤਾਰੀਫ ਕਰੋਗੇ ਤੁਸੀਂ? ਨਾ ਤੇਰਿਆਂ ਦਾ ਕੀ ਅੰਤ ਆ, ਹੋਰ ਤਾਂ ਜਿਵੇਂ ਪਿੰਡ 'ਚ ਕਿਸੇ ਦਾ ਸੰਧਾਰਾ ਹੀ ਨਹੀਂ ਆਉਂਦਾ, ਸਾਰਾ ਦਿਨ ਮੇਰੇ ਮੇਰੇ ਲਾਈ ਆ। ਮੈਨੂੰ ਤੇ ਮੇਰੇ ਪੇਕਿਆਂ ਨੂੰ ਵੱਧ ਘੱਟ ਬੋਲਣ ਦੀ ਲੋੜ ਨਹੀਂ, ਫਿਰ ਮੈਂ ਕਹੀਂ ਦੱਸਿਆ ਨਹੀਂ। ਲੱਗਦੀ ਵੱਧ ਘੱਟ ਦੀ, ਡੀਸੀ ਲੱਗੇ ਨੇ ਉਹ, ਹੁਣੇ ਕੱਟ ਤੂੰ ਸਾਰੀ ਅਡਵਾਈ। 25 ਸਾਲ ਹੋ ਗਏ ਉਹਨੂੰ ਵਿਆਹੀ ਨੂੰ, ਉਹ ਨਿਆਣੀ ਹੈ ਸੰਧਾਰੇ ਨੂੰ ਅਜੇ। ਜਵਾਕ ਸਭ ਨਾਲ ਵਿਆਹਣ ਵਾਲੇ ਹੋ ਗਏ, ਅਸੀਂ ਸਾਰੀ ਉਮਰ ਬੰਨੇ ਤਾਂ ਨਹੀਂ ਹੋਏ, ਸਾਡੀ ਵੀ ਫਰੋਕ ਮਿਲਦਾਰੀ ਹੈ। ਥਾਪੜਾ ਮਾਰੂ ਮੈਂ ਕੰਨ ਤੇ। ਉਹਦਾ ਪਈ ਨਾ ਸਾਡੇ ਸੁਨਾਰੇ ਕਰਕੇ ਅੱਧੇ ਘਰੇ ਕਲੇ ਸੁਣਾ ਪਾਓ। ਉਹਨੂੰ ਨਹੀਂ ਪਤਾ ਫੁੱਫੜ ਜੀ, ਇਹਦਾ ਭਰਾ ਆਇਆ ਸੀ ਕੱਲ੍ਹ ਸੰਧਾਰਾ ਲੈ ਕੇ। ਉਹ ਬਸ ਬਸ, ਮੈਂ ਸਾਰਾ ਕੁਛ ਸੁਣ ਲਿਆ, ਨਾਲੇ ਤੁਹਾਨੂੰ ਇੱਕ ਗੱਲ ਪਤਾ ਹੋਣਾ ਚਾਹੀਦਾ ਵੀ ਕੁੜੀਆਂ 2 ਕਿਲੋ ਬਿਸਕੁਟਾਂ ਦੀਆਂ ਭੁੱਖੀਆਂ ਨਹੀਂ ਹੁੰਦੀਆਂ, ਇਹ ਤਾਂ ਬਿਸਕੁਟਾਂ ਵਿੱਚ ਲੁਕੇ ਪਿਆਰ ਤੇ ਸੁਨੇਹ ਦੀਆਂ ਭੁੱਖੀਆਂ ਹੁੰਦੀਆਂ ਨੇ, ਨਾਲੇ ਕੁੜੀਆਂ ਦਾ ਭਾਈ ਸਰੀਕੇ ਵਿੱਚ ਮਾਣ ਤਾਣ ਵੱਧ ਜਾਂਦਾ। ਜ਼ਮਾਨਾ ਕਲਯੁਗ ਦਾ ਆ ਗਿਆ, ਹਰ ਰਿਸ਼ਤੇ ਨੂੰ ਪੈਸੇ ਨਾਲ ਤੋਲਿਆ ਜਾਣ ਲੱਗ ਪਿਆ। ਨਾਲੇ ਮੈਂ ਤਾਂ ਆਪਣੀ ਜੈਸਮੀਨ ਦੇ ਵਿਆਹ ਬਾਰੇ ਤੁਹਾਨੂੰ ਦੱਸਣ ਆਇਆ ਸੀਗਾ, ਸੁੱਖ ਨਾਲ ਕਨੇਡਾ ਵਾਲਾ ਮੁੰਡਾ ਲੱਭ ਪਿਆ ਤੇ ਪਰਸੋਂ ਨੂੰ ਦਾਦੀ ਵੀ ਆਊਗਾ, ਮੈਂ ਸੋਚਿਆ ਮੈਂ ਵੀ ਜਾਇਆ ਵਾਂ, ਫਿਰ ਵੀ ਨਾਨਕੇ ਨੇ ਡਬਲ ਸੁਨੇਹਾ ਦੇ ਦਈਏ। ਹੁਣ ਤੁਸੀਂ ਇਉਂ ਕਰਿਓ, ਬੇਸ਼ੱਕ ਖਾਲੀ ਹੱਥ ਆ ਜਿਓ ਪਰ ਆ ਜਿਓ ਟਾਈਮ ਸਿਰ,
ਨਾਲੇ ਤੁਹਾਡੀ ਭੂਆ ਦਾ ਵੀ ਪਿੰਡ ਚ ਮਾਣ ਤਾਣ ਵਾਜੂ। ਠੀਕ ਹੈ ਨਾ? ਚੱਲ ਠੀਕ ਹੈ, ਹੁਣ ਆ ਜਾਇਓ ਟਾਈਮ ਸਿਰ।